ਸਾਬਕਾ ਚੇਅਰਮੈਨ ਗੁਰਪ੍ਰੀਤ ਮਲੂਕਾ ਨੇ ਮਨਾਇਆ ਅੱਜ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ। ਗੁਰਪ੍ਰੀਤ ਸਿੰਘ ਮਲੂਕਾ ਅੱਜ ਆਪਣੇ ਸਾਥੀਆਂ ਸਮੇਤ ਪੀਲੀਆਂ ਪੱਗਾਂ ਬੰਨ੍ਹ ਕੇ ਸ਼ਹੀਦ ਭਗਤ ਸਿੰਘ ਚੌਂਕ ਵਿਖੇ ਪਹੁੰਚੇ ਹੋਏ ਸਨ ਅਤੇ ਉਹਨਾਂ ਵੱਲੋਂ ਪਹਿਲਾਂ ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਨੂੰ ਫੁੱਲਾਂ ਦੀ ਮਾਲਾ ਭੇਟ ਕੀਤੀ ਅਤੇ ਉਸ ਤੋਂ ਬਾਅਦ ਉਹਨਾਂ ਬੋਲਦਿਆਂ ਕਿਹਾ ਕਿ ਸਾਡਾ ਦੇਸ਼ ਨੂੰ ਜੋ ਆਜ਼ਾਦੀ ਸ਼ਹੀਦ ਭਗਤ ਸਿੰਘ ਅਤੇ ਰਾਜਗੁਰੂ ਸੁਖਦੇਵ ਨੇ ਦਵਾਈ ਹੈ ਉਹਨਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਹਨਾਂ ਵੱਲੋਂ ਆਪਣੇ ਸਾਥੀਆਂ ਸਮੇਤ ਅੱਜ ਬਠਿੰਡਾ ਵਿਖੇ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਥੱਲੇ ਨਾ ਕਰ ਲਈ ਇਹਨਾਂ ਨੂੰ ਹੁਣ ਉਹ ਵੀ ਨਹੀਂ ਦਿੰਦਾ ਹੁਣ। ਸਾਡੇ ਦੇਸ਼ ਦੇ ਮਹਾਨ ਸ਼ਹੀਦਾਂ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ, ਰਾਜਗੁਰੂ ਸੁਖਦੇਵ ਅਤੇ ਹੋਰ ਸਾਡੇ ਅਨੇਕਾਂ ਸੂਰਬੀਰ ਯੋਧਿਆਂ ਨੇ ਦੇਸ਼ ਦੇ ਗਲੋਂ ਗੁਲਾਮੀ ਲਾ ਕੇ ਸਾਨੂੰ ਆਜ਼ਾਦੀ ਦਵਾਈ, ਖੂਨ ਡੋਲ ਕੇ ਬਹੁਤ ਤਸ਼ੱਦਦ ਸਹਿ ਕੇ ਜਾਨਾਂ ਵਾਰ ਕੇ ਫਾਂਸੀ ਦੇ ਫੰਦੇ ਚੁੰਮ ਕੇ। ਸੋ ਅੱਜ ਸਾਡਾ ਫਰਜ਼ ਬਣਦਾ ਹੈ ਕਿ ਜਿਹਦੀ ਆਜ਼ਾਦ ਭਾਰਤ ਦੇ ਵਿੱਚ ਅਸੀਂ ਆਪਣੇ ਉਹ ਹੱਕਾਂ ਦੇ ਵਾਸਤੇ ਜਾਂ ਡੈਮੋਕਰੈਟਿਕ ਸਿਸਟਮ ਦੇ ਵਿੱਚ ਵਿਚਰ ਰਹੇ ਹਾਂ ਜਾਂ ਹੋਰ ਸਾਰੀਆਂ ਸਾਨੂੰ ਇੱਕ ਨਾਗਰਿਕ ਦੇ ਤੌਰ 'ਤੇ ਜੋ ਸਹੂਲਤਾਂ ਦਵਾਈਆਂ ਉਹ ਸਾਡੇ ਸੂਰਬੀਰ ਯੋਧਿਆਂ ਨੇ, ਮਹਾਨ ਸ਼ਹੀਦਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰਕੇ ਦਵਾਈਆਂ। ਸੋ ਸਾਨੂੰ ਇਸ ਮੌਕੇ 'ਤੇ ਉਹਨਾਂ ਨੂੰ ਯਾਦ ਕਰਨਾ ਔਰ ਹਮੇਸ਼ਾ ਜੋ ਉਹਨਾਂ ਨੇ ਸਾਨੂੰ ਰਸਤਾ ਦਿਖਾਇਆ ਉਸ 'ਤੇ ਚੱਲ ਕੇ ਕਦਮ ਬਾਏ ਕਦਮ ਅੱਗੇ ਵਧਣਾ ਚਾਹੀਦਾ। ਸਮਾਜ ਦੇ ਵਿੱਚੋਂ ਜੋ ਸਮਾਜਿਕ ਬੁਰਾਈਆਂ ਉਹਨਾਂ ਦਾ ਡਟ ਕੇ ਖਾਤਮਾ ਕਰਨਾ ਚਾਹੀਦਾ ਔਰ ਜੋ ਅੱਜ ਦਾ ਸਿਸਟਮ ਹੈ, ਮੈਂ ਸਮਝਦਾ ਕਿ ਹਲੇ ਵੀ ਸਾਡੇ ਲੋਕ ਇਸ ਹਿੰਦੁਸਤਾਨ ਦੇ ਵਿੱਚ ਆਜ਼ਾਦ ਮਹਿਸੂਸ ਨਹੀਂ ਕਰ ਰਹੇ, ਕਿਉਂਕਿ ਜੋ ਸੁਪਨੇ ਸਨ ਸਾਡੇ ਸ਼ਹੀਦਾਂ ਦੇ ਉਹ ਮੈਂ ਸਮਝਦਾ ਕਿ ਪੂਰੇ ਨਹੀਂ ਹੋਏ। ਹਲੇ ਵੀ ਲੋਕਾਂ ਦੇ ਨਾਲ ਇਸ ਦੇਸ਼ ਦੀ ਧਰਤੀ 'ਤੇ ਬੇਇਨਸਾਫੀ ਹੋ ਰਹੀ ਹੈ, ਅਨਿਆਂ ਹੋ ਰਿਹਾ ਹੈ, ਲੁੱਟ ਖਸੁੱਟ ਹੈ, ਰਿਸ਼ਵਤ ਖੋਰੀ ਹੈ, ਚੋਰ ਬਜ਼ਾਰੀ ਹੈ। ਸੋ ਸਾਨੂੰ ਇੱਕ ਸੱਚੇ ਨਾਗਰਿਕ ਦਾ ਸਬੂਤ ਦੇ ਕੇ ਜਿੱਥੇ ਆਪਣੀ ਚਾਹੇ ਉਹ ਕਿਸੇ ਵੀ ਖੇਤਰ ਦੇ ਵਿੱਚ ਇਨਸਾਨ ਕੰਮ ਕਰਦਾ ਹੈ ਉਹਨੂੰ ਆਪਣੀ ਡਿਊਟੀ ਪੂਰੀ ਮਿਹਨਤ ਲਗਨ ਅਤੇ ਇਮਾਨਦਾਰੀ ਦੇ ਨਾਲ ਨਿਭਾਉਣੀ ਚਾਹੀਦੀ ਹੈ ਔਰ ਜਿੰਨਾ ਹੋ ਸਕੇ ਸਮਾਜ ਦੀ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ ਔਰ ਹਰ ਪਾਸੇ ਚਾਹੇ ਕਿਸੇ ਵੀ ਸੂਬੇ ਦੇ ਵਿੱਚ ਵੱਸਦਾ ਚਾਹੇ ਦੇਸ਼ ਦੇ ਕਿਸੇ ਵੀ ਕੋਨੇ ਦੇ ਵਿੱਚ ਹੈ ਉਹ ਆਪਣਾ ਅਹਿਮ ਰੋਲ ਅਦਾ ਕਰਕੇ ਦੇਸ਼ ਦੀ ਮਜ਼ਬੂਤੀ ਦੇ ਵਿੱਚ ਆਪਣਾ ਅਹਿਮ ਰੋਲ ਅਦਾ ਕਰੇ। ਮੈਂ ਸਮਝਦਾ ਕਿ ਇਹੀ ਉਹਨਾਂ ਸਾਡੇ ਮਹਾਨ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੈ। ਅੱਜ ਸਾਰੇ ਸਾਡੇ ਨੌਜਵਾਨ ਵੀਰ ਵੱਖ ਵੱਖ ਸਮਾਜਿਕ ਜਥੇਬੰਦੀਆਂ ਦੇ ਆਗੂ ਸਾਹਿਬਾਨ ਜਿੱਥੇ ਪੂਰੇ ਦੇਸ਼ ਦੇ ਵਿੱਚ ਔਰ ਵਿਦੇਸ਼ਾਂ ਦੀ ਧਰਤੀ 'ਤੇ ਵੀ ਸਾਡੇ ਮਹਾਨ ਸ਼ਹੀਦਾਂ ਨੂੰ ਯਾਦ ਕਰ ਰਹੇ ਨੇ ਔਰ ਅੱਜ ਅਸੀਂ ਵੀ ਇਸ ਬਠਿੰਡਾ ਸ਼ਹਿਰ ਦੀ ਧਰਤੀ 'ਤੇ ਜਿੱਥੇ ਸ਼ਰਧਾਂਜਲੀ ਅਰਪਿਤ ਕੀਤੀ ਹੈ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਨੂੰ, ਰਾਜਗੁਰੂ ਸੁਖਦੇਵ ਜੀ ਨੂੰ, ਉੱਥੇ ਅਸੀਂ ਹੁਣ ਸਾਰੇ ਜਣੇ ਇਕੱਤਰ ਹੋ ਕੇ ਹਸੈਨੀ ਵਾਲਾ ਵਿਖੇ ਪਹੁੰਚਾਂਗੇ। ਤੁਸੀਂ ਚਾਹੁੰਦੇ ਹੋ ਕਿ ਹਰ ਤਰ੍ਹਾਂ ਦੀ ਖਬਰ ਤੁਹਾਡੇ ਤੱਕ ਪਹੁੰਚੇ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਘੰਟੀ ਨੂੰ ਆਲ 'ਤੇ ਕਰੋ।